सिख धर्म के पहले गुरु श्री गुरु नानक देव जी की जीवनी से आधारित फिल्म नानक शाह फकीर की रिलीज नू लेके पूरे पंजाब भर च सिख जथेबंदियां अते सिख भाईचारे वालों विरोध किया जा रहा है। इस तहत गुरदासपुर के बटाला च सिख जथेबंदियां वालों फिल्म के विरोध च रोष मार्च कढ़िया गया अते फिल्म नू पूर्ण तौर से बैन करन दी मांग कीती गई। उस फिल्म नू पूरी तरह बंद कराने वास्ते अज सारियां समूह सिख संगतां जिहड़ियां ने ਉਹ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਵਿਖੇ ਇਕੱਤਰ ਹੋਈਆਂ ਨੇ ਅਤੇ ਅਸੀਂ ਸਾਰੇ ਬਟਾਲਾ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਦੇ ਹੋਏ ਬਾਕੀ ਸਿੱਖ ਸੰਗਤਾਂ ਨੂੰ ਜਗਾਉਂਦੇ ਹੋਏ ਇਹ ਸੁਨੇਹਾ ਦੇਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਵੀ ਅਤੇ ਦਿੱਲੀ ਦੀ ਸੈਂਟਰ ਸਰਕਾਰ ਨੂੰ ਵੀ ਕਿ ਜਾਗੀ ਹੋਈ ਸਿੱਖ ਕੌਮ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜੀ ਆ ਇਹ ਫਿਲਮ ਨੂੰ ਨਹੀਂ ਚੱਲਣ ਦੇਵੇਗੀ ਚਾਹੇ ਇਹਦੇ ਵਾਸਤੇ ਸਾਨੂੰ ਕੋਈ ਵੀ ਕੀਮਤ ਜਿਹੜੀ ਆ ਕਿਉਂ ਨਾ ਚੁਕਾਉਣੀ ਪਵੇ। ਜਿਹੜੀ ਫਿਲਮ ਆ ਨਾ ਗੁਰੂ ਨਾਨਕ ਸਾਹਿਬ 'ਤੇ ਜਿਹੜੀਆਂ ਫਿਲਮਾਂ ਬਣਾਉਣ ਦੇ ਆ ਜਾਂ ਚਿੱਤਰ ਬਣਾਏ ਨੇ ਸਾਡੇ 'ਤੇ ਜਿਹੜੀਆਂ ਫੋਟੋਆਂ ਥਾਪਣ ਦੀ ਕੋਸ਼ਿਸ਼ ਕੀਤੀ ਜਾਣ ਦੀ ਆ ਉਹਦਾ ਕਾਰਨ ਆ ਕਿ ਸਾਡੇ ਵਿਰਸੇ ਨੂੰ ਸਾਨੂੰ ਤੋੜਿਆ ਜਾ ਰਿਹਾ। ਸਾਨੂੰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੋਂ ਤੋੜ ਕੇ ਇੱਕ ਜੋ ਉਹਨਾਂ ਦੀਆਂ ਸਕ੍ਰਿਪਟ ਲਿਖੀ ਆ ਉਹਨਾਂ ਨੇ ਜਾਂ ਕਹਾਣੀ ਲਿਖੀ ਆ ਉਹ ਕਹਾਣੀ ਸਾਨੂੰ ਦੱਸਣੀ ਆ ਵੀ ਇਹੋ ਹੀ ਕਹਾਣੀ ਆ ਤੋਂ ਸਵਾਲ ਤੁਸੀਂ ਤੁਹਾਨੂੰ ਜਾਣਨ ਦੀ ਲੋੜ ਕੋਈ। ਇਹਦਾ ਮਕਸਦ ਇਹੋ ਹੀ ਆ ਵੀਰ ਜੀ ਵੀ ਜੋ ਨਾਨਕ ਸ਼ਾਹ ਫਕੀਰ ਆ ਸਾਡੇ ਗੁਰੂ ਸਾਹਿਬਾਂ ਦੇ ਸਿਧਾਂਤਾਂ ਤੋਂ ਉਲਟ ਆ ਸਾਡੀ ਕੌਮ ਨੂੰ ਹਾਤ ਕੀਤਾ ਜਾ ਰਿਹਾ ਵੀ ਇਹ ਫਿਲਮ ਬਣਾ ਕੇ ਜਿਹਦੇ ਵਿੱਚ ਇੱਕ ਆਮ ਬੰਦੇ ਸਾਡੇ ਗੁਰੂਆਂ ਦਾ ਅਤੇ ਉਹਨਾਂ ਦੇ ਪੈਰੋਕਾਰਾਂ ਦਾ ਰੂਪ ਲੈ ਰਹੇ ਆ। ਅਸੀਂ ਇਹਦੇ ਬਿਲਕੁਲ ਵਰਖਿਲਾਫ਼ ਹਾਂ। ਸੋ ਇਹੋ ਹੀ ਅਸੀਂ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਵੀ ਚਾਹੇ ਉਹ ਸੁਪਰੀਮ ਕੋਰਟ ਹੋਵੇ ਚਾਹੇ ਕੋਈ ਹੋਵੇ ਉਹਨੂੰ ਭਾਵੇਂ ਕੋਈ ਵੀ ਮਾਨਤਾ ਦੇਵੇ ਪਰ ਸਾਡੀ ਜੋ ਸੁਪਰੀਮ ਕੋਰਟ ਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਆ ਅਕਾਲ ਤਖਤ ਸਾਹਿਬ ਹੈ ਉਹਨਾਂ ਦੇ ਵੱਲੋਂ ਵੀ ਆਦੇਸ਼ ਹੋਇਆ ਵੀ ਇਹ ਜੋ ਫਿਲਮ ਆ ਇਸ ਵਿੱਚ ਨਹੀਂ ਲੱਗੀ ਜਾਏਗੀ ਪੰਜਾਬ 'ਚ ਨਹੀਂ ਲਾਈ ਜਾਏਗੀ ਪੰਜਾਬ 'ਚ ਨਹੀਂ ਲਾਈ ਜਾਏਗੀ। ਅਸੀਂ ਵੇਖੋ ਵੀਰ ਜੀ ਇਹਦਾ ਬਿਲਕੁਲ ਕਹਿ ਰਹੇ ਇਹ ਕਹਿ ਰਹੇ ਵੀ ਪੰਜਾਬ 'ਚ ਨਹੀਂ ਬਕਾਇਦਾ ਵੀ ਸਾਰੇ ਅਵਲ ਤਾਂ ਰਿਲੀਜ਼ ਹੀ ਨਹੀਂ ਹੋਣੀ ਚਾਹੀਦੀ ਵੀਰ ਜੀ ਸਾਡਾ ਜਿਹੜਾ ਇਹ ਆ ਪ੍ਰੋਟੈਸਟ ਵੀ ਇਹ ਕਿਤੇ ਵੀ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਧਰਮ ਨੂੰ ਇਹ ਮਤਲਬ ਹਰ ਮਤਲਬ ਕਿ ਮਾਰਨ ਦੀ ਸਾਜ਼ਿਸ਼ ਹੀ ਹੈ ਇੱਕ ਸਾਹਿਬ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ।